ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬਾਲਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਨੂੰ 1 ਕਿਲੋ ਹੈਰਨ ਸਮੇਤ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਸਰਹੱਦ ਪਾਰੋਂ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ। ਇਹਨਾਂ ਸਬੰਧਾਂ ਕਾਰਨ ਉਹ ਡਰੋਨ ਰਾਹੀਂ ਸਰਹੱਦ ਪਾਰ ਤੋਂ ਨਸ਼ਾ ਲਿਆ ਕੇ ਵੱਖ ਵੱਖ ਥਾਵਾਂ 'ਤੇ ਭੇਜਦੇ ਸਨ। ਏਐਨਟੀਐਫ ਫਿਰੋਜ਼ਪੁਰ ਰੇਂਜ ਵੱਲੋਂ ਅਸੀਂ ਦੋ ਸਕੇ ਭਰਾ ਨੇ ਜੋਗਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ, ਵਾਸੀ ਹਬੀਬਵਾਲਾ ਪਿੰਡ ਫਿਰੋਜ਼ਪੁਰ। ਇਹਨਾਂ ਦੋਨਾਂ ਨੂੰ ਸਾਡੀ ਟੀਮ ਨੇ ਕਾਬੂ ਕੀਤਾ ਅਤੇ ਕਾਬੂ ਕਰਕੇ ਇਹਨਾਂ ਦੇ ਪਾਸੋਂ 1 ਕਿਲੋ ਹੈਰੋਇਨ ਜਿਹੜੀ ਆ ਉਹ ਰਿਕਵਰ ਕੀਤੀ ਗਈ ਹੈ। ਅਸੀਂ ਇਸ ਸੰਬੰਧ ਵਿੱਚ FIR ਨੰਬਰ 142 ਡੇਟ 12/9/2024 ਅੰਡਰ ਸੈਕਸ਼ਨ NDPS ਐਕਟ ਜਿਹੜੀ ਆ ਉਹ ਅਸੀਂ ਕੇਸ ਰਜਿਸਟਰ ਕਰ ਲਿਆ। ਦੋਨੋਂ ਦੋਸ਼ੀ ਜਿਹੜੇ ਆ ਉਹ ਸਾਡੀ ਹਿਰਾਸਤ ਵਿੱਚ ਨੇ, ਅੱਜ ਇਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ। ਸੋ ਮੁੱਢਲੀ ਪੁੱਛਗਿੱਛ ਦੌਰਾਨ ਇਹਨਾਂ ਦੋਨਾਂ ਦੋਸ਼ੀਆਂ ਤੋਂ ਇਹ ਆ ਕਿ ਇਹਨਾਂ ਦੋਨਾਂ ਦੋਸ਼ੀਆਂ ਦੇ ਸਿੱਧੇ ਪਾਕਿਸਤਾਨ ਦੇ ਸਮਗਲਰਸ ਦੇ ਨਾਲ ਲਿੰਕ ਸੀ। ਸੋ ਇਹ ਡਰੋਨ ਵਗੈਰਾ ਦੇ ਨਾਲ ਜਿਹੜੀ ਇਹਤੋਂ ਡਰੱਗ ਦੀ ਜਿਹੜੀ ਆ ਸਪਲਾਈ ਆਉਂਦੀ ਸੀ ਅਤੇ ਅੱਗੇ ਜਿਹੜਾ ਇਹ ਫਿਰੋਜ਼ਪੁਰ ਸਿਟੀ ਅਤੇ ਇਹਦੇ ਲਾਗੇ ਛਾਗੇ ਦੇ ਏਰੀਆ ਦੇ ਵਿੱਚ ਜਿਹੜੀ ਆ ਡਰੱਗ ਜਿਹੜੀ ਉਹ ਸਪਲਾਈ ਕੀਤੀ ਜਾ ਰਹੀ ਸੀ ਇਹਨਾਂ ਦੇ ਵੱਲੋਂ। ਸਰ ਇਹਨਾਂ ਦੇ ਪਹਿਲਾਂ ਵੀ ਸਰ ਕਈ ਮਾਲ ਜਿਹੜਾ ਪਾਕਿਸਤਾਨ ਮੰਗਾ ਚੁੱਕੇ ਜਿਵੇਂ ਦੱਸਿਆ ਗਿਆ ਕਿ ਤਾਲੁਕ ਉਹਨਾਂ ਨਾਲ ਹੈ ਜੀ ਜੀ ਇਹ ਸਾਰੀਆਂ ਗੱਲਾਂ ਆਈਆਂ ਨੇ ਇਹਦੇ ਕਾਫੀ ਕੁਛ ਮਹੀਨਿਆਂ ਤੋਂ ਇਹਦੇ ਲਿੰਕ ਜਿਹੜੇ ਆ ਉਹ ਸੀ ਇਸ ਸਮਗਲਿੰਗ ਦਾ ਕੰਮ ਹੀ ਕਰ ਰਿਹਾ ਸੀ। ਸੋ ਅਸੀਂ ਤਫਤੀਸ਼ ਦੇ ਵਿੱਚ ਉਹ ਇਹਦੇ ਜਿਹੜੇ ਸਾਥੀ ਨੇ ਭਾਵੇਂ ਉਹ ਪਿੱਛੇ ਵਾਲੇ ਲਿੰਕ ਨੇ ਜਾਂ ਅੱਗੇ ਇਹਦੇ ਨਾਲ ਜਿਨ੍ਹਾਂ ਨੂੰ ਸਪਲਾਈ ਕਰਦਾ ਇਹ ਸਾਰਿਆਂ ਨੂੰ ਅਸੀਂ ਜਿਹੜਾ ਡੁਗਾਈ ਦੇ ਨਾਲ ਜਿਹੜਾ ਵਾਚ ਰਹੇ ਹਾਂ। ਇਸੇ ਤਰ੍ਹਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ ਵੱਖ ਦੋ ਮਾਮਲਿਆਂ ਵਿੱਚ 10 ਕਿਲੋ ਹੈਰਨ ਅਤੇ 1 ਡਰੋਨ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਇਹ ਜਾਣਕਾਰੀ SSP ਦਿਹਾਤੀ ਚਰਨਜੀਤ ਸਿੰਘ ਨੇ ਦਿੱਤੀ। ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ ਵੱਖ ਮਾਮਲਿਆਂ ਦੇ ਵਿੱਚ 10 ਕਿਲੋ ਦੇ ਕਰੀਬ ਹੈਰੋਇਨ ਦੀ ਰਿਕਵਰੀ ਹੋਈ ਹੈ ਅਤੇ ਨਾਲ ਹੀ 1 ਡਰੋਨ ਦੀ ਬਰਾਮਦਗੀ ਹੋਈ ਹੈ ਉਹਦੇ ਸੰਦਰਭ 'ਚ ਕੀਤੀ ਜਾ ਰਹੀ ਹੈ। ਥਾਣਾ ਲੋਪੋ ਕੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਵਿਅਕਤੀ ਜਿਹੜਾ ਹੈ ਜਗਰੂਪ ਸਿੰਘ ਉਰਫ ਜੁਗਨੂ ਪੁੱਤਰ ਸਤਨਾਮ ਸਿੰਘ ਵਾਸੀ ਡਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹਦੇ ਪੁਜ਼ੈਸ਼ਨ ਦੇ ਵਿੱਚੋਂ 5 ਕਿਲੋ ਹੈਰੋਇਨ, 2 ਮੋਬਾਈਲ ਅਤੇ 1 ਮੋਟਰਸਾਈਕਲ ਸਪਲੈਂਡਰ ਜਿਹੜਾ ਹੈ ਰਿਕਵਰ ਹੋਇਆ ਹੈ। ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫਰਦਰ ਜਿਹੜੇ ਇਹਦੇ ਜਿੱਥੇ ਇਹਨੇ ਸੇਲ ਕਰਨੀ ਸੀ ਉਹ ਪੁਆਇੰਟਸ ਅਤੇ ਬੈਕਵਰਡ ਇਹ ਕਿੱਥੋਂ ਆਈ, ਇਹਦੇ ਕੋਲ ਇਹਨੇ ਰਿਸੀਵ ਕਿੱਥੋਂ ਕੀਤੀ ਹੈ ਕੰਸਾਈਨਮੈਂਟ, ਇਹਦੇ ਬਾਰੇ ਜਿਹੜੀ ਹੈ ਤਫਤੀਸ਼ ਚੱਲ ਰਹੀ ਹੈ। ਇਸ ਤੋਂ ਇਲਾਵਾ PS ਲੋਪੋਕ ਦੇ ਵਿੱਚ ਹੀ ਇੱਕ ਦੂਜਾ ਮਾਮਲਾ ਜਿਹੜਾ ਹੈ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੇ ਵਿੱਚ ਪਿੰਡ ਮੰਝ ਵਿੱਚ ਸ਼ਮਸ਼ੇਰ ਸਿੰਘ ਪੁੱਤਰ ਸੁਬੇਕ ਸਿੰਘ ਵਾਸੀ ਸਰੰਗੜਾ ਦੀ ਜ਼ਮੀਨ ਦੇ ਵਿੱਚ ਬਣੇ ਮੋਟਰ ਦੇ ਕੋਠੇ ਦੇ ਕੋਲ ਇੱਕ ਜਿਹੜਾ ਹੈ ਡਰੋਨ ਦੀ ਰਿਕਵਰੀ ਹੋਈ ਹੈ। ਇਹ ਡਰੋਨ ਦੇ ਨਾਲ ਜਿਹੜੀ ਹੈ 5 ਕਿਲੋ ਦੀ ਜਿਹੜੀ ਹੈਰੋਇਨ ਦੀ ਖੇਪ ਸੀ ਉਹ ਬਰਾਮਦ ਕੀਤੀ ਗਈ ਹੈ। ਇਹ 1-1 ਕਿਲੋ ਦੇ ਪੈਕਟ ਜਿਹੜੇ ਹੈ, ਟੋਟਲ 5 ਪੈਕਟ ਜਿਹੜੇ ਹੈ ਰਿਸੀਵ ਹੋਏ ਨੇ ਅਤੇ ਇਹ ਸਾਰੀ ਦੀ ਸਾਰੀ ਜਿਹੜੀ ਹੈ ਰਿਕਵਰੀ ਸੋਰਸ ਬੇਸਡ ਇਨਫੋਰਮੇਸ਼ਨ 'ਤੇ ਸਰਚ ਦੇ ਦੌਰਾਨ ਜਿਹੜੀ ਹੈ ਕੀਤੀ ਗਈ ਹੈ। ਇਹ ਇਸ ਸੰਬੰਧੀ ਜਿਹੜਾ FIR ਹੈ ਉਹ PS ਲੋਪੋਕੇ ਦੇ ਵਿੱਚ ਨਾਮਲੂਮ ਵਿਅਕਤੀਆਂ 'ਤੇ ਦਰਜ ਕੀਤੀ ਗਈ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈੱਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।